ਅਸੀਂ ਤਾਂ ਬੇਨਤੀ ਕਰਨ ਵਾਸਤੇ ਹਾਂ ਕਿ ਬਾਬੇ ਨਾਨਕ ਦੇ ਅਸਥਾਨ ਆ 14 ਸਾਲ 9 ਮਹੀਨੇ 13 ਦਿਨ ਰਹੇ ਕਿਹੜਾ ਰਸਤਾ ਜਿੱਥੋਂ ਦੀ ਗੁਰੂ ਨਾਨਕ ਪਾਤਸ਼ਾਹ ਨੇ ਲਿਆ ਹਰ ਰਾਹ ਉਹਨਾਂ ਦੇ ਚਰਨ ਸੋ ਆ ਅਸੀਂ ਕਹਿੰਦੇ ਹਾਂ ਵਡਭਾਗੇ ਆ ਜਿਹੜੇ ਜਿਨ੍ਹਾਂ ਨੂੰ ਇਸ ਸੁਲਤਾਨਪੁਰ ਨਗਰੀ ਦੇ ਵਿੱਚ ਰਹਿਣ ਨੂੰ ਚਾਹੇ ਵਪਾਰ ਕਰਨ ਨੂੰ ਜਿਹੜਾ ਹੈਗਾ ਜਾਂ ਇੱਥੇ ਜਨਮ ਲਿਆ ਇੱਥੇ ਵਧਣ ਫੁੱਲਣ ਵਾਸਤੇ ਜਿਹੜੀ ਹੈਗੀ ਵਾਹਿਗੁਰੂ ਨੇ ਇਸ ਸ਼ਹਿਰ ਦੇ ਵਿੱਚ ਜਨਮ ਦਿੱਤਾ ਜਾਂ ਸਾਨੂੰ ਕਰਮ ਦਿੱਤਾ ਇੱਥੇ ਰਹਿ ਰਹੇ ਆ ਸੋ ਇਹ ਪਵਿੱਤਰ ਵਹੀ ਜਿਹੜੀ ਹੈਗੀ ਆ ਜਿਸ ਤਰ੍ਹਾਂ ਸਾਫ਼ ਹੋਈ ਆ ਅੱਜ ਦੁਨੀਆ ਵਿੱਚ ਉਸਦਾ ਨਾਮ ਹੈ ਇੱਕ ਮਿਸਾਲ ਬਣੀ ਸਾਰੇ ਵਿਸ਼ਵ ਦੇ ਵਿੱਚ ਜਿਹੜੀ ਵਹੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕੀ ਸੀ ਅੱਜ ਉਹਦਾ ਪਾਣੀ ਅਸੀਂ ਪੀ ਸਕਦੇ ਹਾਂ ਸੋ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਇਸ ਸ਼ਹਿਰ ਨੂੰ ਦਾ ਜਿਹੜਾ ਕੂੜਾ ਉਹਦਾ ਡੰਪ ਵੀ ਹਜੇ ਜਿਹੜਾ ਹੈਗਾ ਉਹ ਪਿਆ ਉਹ ਨਹੀਂ ਮੁੱਕਿਆ ਜਿਹਦੇ ਵਾਸਤੇ NGT ਜਿਹੜੀ ਆ ਉਹ ਲਗਾਤਾਰ ਜਿਹੜੀ ਹੈਗੀ ਆ ਜੁਰਮਾਨੇ ਕਰ ਰਹੀ ਹੈ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਲਿਕੁਇਡ ਵੇਸਟ ਦੇ ਉੱਤੇ ਜੁਰਮਾਨਾ ਹੋਇਆ ਜਿਹੜਾ ਆਪਣਾ ਇਨਵਾਇਰਮੈਂਟ ਕੰਪਨਸੇਸ਼ਨ ਹਜੇ ਸੋਲਿਡ ਵੇਸਟ ਦਾ ਰਹਿੰਦਾ ਸੋ ਇਹ ਪਵਿੱਤਰ ਸ਼ਹਿਰ ਆ ਇਹ ਸਾਫ਼ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਕਿ ਦੁਨੀਆ ਭਰ ਤੋਂ ਗੁਰਸਿੱਖਤਾ ਆਉਂਦੀ ਆ ਸੋ ਇੱਥੇ ਕਰੋੜਾਂ ਰੁਪਈਆ 550 ਸਾਲਾਂ ਦੇ ਉੱਤੇ ਵੀ ਇਸ ਸ਼ਹਿਰ ਨੂੰ ਸਵਾਰਨ ਵਾਸਤੇ ਲੱਗਿਆ ਅਤੇ ਹੁਣ ਵੀ ਜਿਹੜੀ ਹੈਗੀ ਹੈ ਸਮਾਰਟ ਸਿਟੀ ਦੇ ਵਾਸਤੇ ਕਰੋੜਾਂ ਰੁਪਈਆ ਸਰਕਾਰ ਦੇਣ ਨੂੰ ਤਿਆਰ ਆ ਬਹੁਤ ਇਹੋ ਜਿਹੇ ਪ੍ਰੋਜੈਕਟ ਆ ਜਿਹੜੇ ਸੈਂਟਰ ਸਰਕਾਰ ਨੇ ਆਪਣੇ ਪੈਸਿਆਂ 'ਤੇ ਕਰਨੇ ਨੇ ਸੋ ਸਾਡਾ ਇਹ ਕਿ ਇਸ ਇੱਥੇ ਇਹਦੇ ਵਿੱਚ ਜਿਹੜਾ ਸੋਲਿਡ ਵੇਸਟ ਦਾ ਜਿਹੜੇ ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਅਧੂਰਾ ਵਾ ਜਿਹੜਾ ਪਾਣਾ ਕਿ ਜਿਹੜਾ ਸਾਡੇ ਬਾਜ਼ਾਰ ਆ ਲੰਘੇ ਆ ਇੱਥੇ ਦਾ ਜਿਹੜਾ ਹੈਗਾ ਆਵਾਜਾਈ ਦਾ ਬਹੁਤ ਜਿਹੜੀ ਹੈਗੀ ਹੈ ਜਿਹੜੇ ਬਾਹਰੋਂ ਦੁਨੀਆ ਤੋਂ ਆਉਂਦੇ ਆ ਉਹਨਾਂ ਦੇ ਉੱਤੇ ਮਾੜਾ ਪ੍ਰਭਾਵ ਜਾਂਦਾ ਕਿ ਸਾਫ਼ ਸਫਾਈ ਲਈ ਜਿਹੜੀ ਹੈਗੀ ਹੈ ਇੱਕ ਵਾਰੀ ਤਾਂ ਆਪਾਂ ਬਾਹਰੋਂ ਲਿਆ ਕੇ ਸੰਗਤਾਂ ਨੂੰ ਸਫਾਈ ਕਰਵਾ ਸਕਦੇ ਹਾਂ ਪਰ ਸ਼ਹਿਰ ਦੇ ਵਿੱਚ ਜਿੱਥੇ ਸ਼ਹਿਰ ਵਾਲਿਆਂ ਨੇ ਰਹਿਣਾ ਕੋਈ ਮੇਨਟੇਨ ਕਰਨ ਅਤੇ ਉਦੋਂ ਵਧੀਆ ਪ੍ਰਬੰਧਕ ਹੋਰ ਕੋਈ ਨਹੀਂ ਹੋ ਸਕਦਾ ਜੇ ਉਹ ਆਪ ਜਾਗਰੂਕ ਹੋ ਜਾਣ ਇਹਨੂੰ ਮੁੱਖ ਰੱਖ ਕੇ ਅਸੀਂ SDM ਸਾਹਿਬ ਬਹੁਤ ਜਿਹੜੀ ਬੀਬੀ ਸਤਿਕਾਰਯੋਗ ਆ ਜਿਹਨੇ ਆਣ ਕੇ ਇਹ ਇਹਨਾਂ ਨੂੰ ਦਿਖਾਲਿਆ ਵੀ ਇਹ ਚੀਜ਼ਾਂ ਦੀ ਲੋੜ ਆ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੇ ਉੱਤੇ ਇਹਨਾਂ ਨੇ ਅੱਜ ਜਾਗਰੂਕਤਾ ਵਾਸਤੇ ਰੱਖਿਆ ਸੀ ਸਾਨੂੰ ਵੀ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਤੁਸੀਂ ਵੀ ਆਇਓ ਅਤੇ ਸਾਡਾ ਅੱਜ ਦਾ ਜਿਹੜਾ ਮਕਸਦ ਹੈ ਕਿ ਦੁਕਾਨਾਂ ਦੇ ਵਿੱਚ ਜਾ ਕੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਆ ਜਿਹੜਾ ਹੈਗਾ ਕਿ ਗਿੱਲਾ ਕੂੜਾ ਵੱਖਰਾ ਸੁੱਕਾ ਕੂੜਾ ਵੱਖਰਾ ਮੈਡੀਕਲ ਵੇਸਟ ਵੱਖਰੀ ਈ ਵੇਸਟ ਵੱਖਰੀ ਕਿਉਂਕਿ ਇਹ ਤਾਂ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਵੱਛ ਭਾਰਤ ਦੇ ਵਿੱਚ ਚੱਲ ਰਿਹਾ ਜਿਹਦੇ ਵਾਸਤੇ ਕਰੋੜਾਂ ਰੁਪਈਏ ਵੀ ਜਿਹੜੇ ਹੈਗੇ ਆ ਚੁੱਕੇ ਆ ਹਰ ਸ਼ਹਿਰ ਨੂੰ ਇਹ ਨਹੀਂ ਸੁਲਤਾਨਪੁਰ ਨਹੀਂ ਸਾਰੇ ਸ਼ਹਿਰਾਂ ਨੂੰ ਆ ਚੁੱਕੇ ਆ ਜੋ ਵੀ ਮੰਗਿਆ ਉਹ ਉਹਨਾਂ ਨੇ ਦਿੱਤਾ ਪਰ ਫਿਰ ਵੀ ਜਿਹੜਾ ਹੈਗਾ ਜਿਹੜਾ ਕੂੜੇ ਦੀ ਜਿਹੜੀ ਸਹੀ ਵਰਤੋਂ ਸੀ ਇਹਨੂੰ ਨਜਿੱਠਣ ਵਾਲੀ ਗੱਲ ਆ ਉਹ ਹੋਈ ਨਹੀਂ ਉਹਦਾ ਕਾਰਨ ਆ ਕਿ ਉਹ ਜਿਹੜਾ ਗਿੱਲਾ ਕੂੜਾ ਸੁੱਕਾ ਕੂੜਾ ਵੱਖਰਾ ਨਹੀਂ ਹੋਇਆ ਜੇ ਵੱਖਰਾ ਹੋਇਆ ਵਾ ਤਾਂ ਉਹਨੂੰ ਫਿਰ ਜਿਹੜਾ ਹੈਗਾ ਰਲਾ ਕੇ ਉੱਥੇ ਲਿਜਾ ਕੇ ਛੱਡ ਦਿੱਤਾ ਜਾਂਦਾ ਉਹਦੇ ਵਾਸਤੇ ਇੱਕ ਤਾਂ ਲੋਕਾਂ ਵਿੱਚ ਜਾਗਰੂਕਤਾ ਦੂਸਰਾ ਜਿਹੜਾ ਸਾਡੇ EO ਸਾਹਿਬ ਨਾਲ ਚੀਮਾ ਸਾਹਿਬ ਜਿਹੜੇ ਹੈਗੇ ਆ ਦੂਸਰੇ ਵੀ ਜਿੰਨੇ ਅਧਿਕਾਰੀ ਨਾਲ ਆ ਕਿ ਇਹ ਜਿਹੜਾ ਇਹਨਾਂ ਨੇ ਉਹ ਜਿਹੜਾ ਹੈਗਾ ਐਕਟ ਨੂੰ ਲਾਗੂ ਕਰਵਾਉਣਾ ਉਹਦੇ ਵਾਸਤੇ ਕਿ ਕੀ ਜਿਹੜੀ ਹੈਗੀ ਆ ਹੋਣਾ ਚਾਹੀਦਾ ਕੀ ਹੋ ਗਿਆ ਕੀ ਨਹੀਂ ਹੋ ਗਿਆ ਅਤੇ ਸਭ ਤੋਂ ਵੱਡੀ ਜਿਹੜੀ ਸੀਗੀ ਕਿ ਇੱਥੇ ਲੋੜ ਕੀ ਆ ਸਭ ਤੋਂ ਵੱਡੀ ਲੋੜ ਆ ਕਿ ਹਰ ਇੱਕ ਨੂੰ ਚੇਤਨਾ ਦੀ ਲੋੜ ਆ ਪਤਾ ਸਾਰਿਆਂ ਨੂੰ ਕੂੜਾ ਖਿਲ ਰਿਹਾ ਮਾੜਾ ਲੱਗਦਾ ਪਰ ਉਹ ਜ਼ਿੰਮੇਵਾਰੀ ਕੋਈ ਨਹੀਂ ਸਮਝਦਾ ਅਸੀਂ ਇਸੇ ਵਾਸਤੇ ਹਰ ਦੁਕਾਨ ਦੇ ਉੱਤੇ ਹਰ ਬੰਦੇ ਨਾਲ ਹੱਥ ਜੋੜ ਕੇ ਬਾਬੇ ਕੀੜੇ ਨੂੰ ਕਿੱਦਾਂ ਚੱਕਿਆ ਜਾਊਗਾ ਅਤੇ ਕਿੱਥੇ ਰੀਸਾਈਕਲ ਕੀਤਾ ਜਾਏਗਾ ਇਹ ਸਾਰਾ ਜਿਹੜਾ ਹੈਗਾ ਸਿਸਟਮ EO ਸਾਹਿਬ ਬੈਠੇ ਇਹਦੇ ਬਾਰੇ ਦੱਸਣਗੇ ਅਤੇ ਸਾਡਾ ਤਾਂ ਹੈ ਕਿ ਇਹ ਕਿਤੇ ਵੀ ਸੰਭਾਲਿਆ ਜਾਵੇ ਕਿਉਂਕਿ ਮਿਊਂਸੀਪਲ ਕਾਰਪੋਰੇਸ਼ਨ ਨੇ ਹਰ ਚੀਜ਼ ਜਿਹੜੀ ਹੈਗੀ ਆ ਇਹਦੇ ਵਾਸਤੇ ਉਹਨੇ ਜਵਾਬ ਵੀ ਦੇਣਾ ਹੁੰਦਾ ਉਹਦੇ ਵਾਸਤੇ ਸਾਰਾ ਕੁਛ ਪ੍ਰਬੰਧ ਵੀ ਕਰਨਾ ਹੁੰਦਾ ਉਹਦੇ ਵਾਸਤੇ ਬਹੁਤ ਗਰਾਂਟਾਂ ਵੀ ਆਈਆਂ ਉਹ ਸਾਰਾ ਇਹ ਦੱਸਣਗੇ ਕਿੱਥੇ ਛੱਡਣਾ ਕਿੱਥੇ ਛੱਡ ਰਹੇ ਹਾਂ ਅਤੇ ਕੀ ਉਹਦਾ ਹਾਲਤ ਆ ਅਤੇ ਅਸੀਂ ਹੋਰ ਜਿਹੜੀ ਹੈਗੀ ਆ ਉਹ ਕੀ ਕਰਨੀ ਆ ਸੋ ਸਾਡਾ ਤਾਂ ਹੈ ਕਿ ਇਹ ਸੁਲਤਾਨਪੁਰ ਲੋਧੀ ਜਿਹੜਾ ਹੈ ਇਹ ਜਿੱਦਾਂ ਇਤਿਹਾਸਕ ਇਹ ਪਹਿਲੇ ਨੰਬਰ 'ਤੇ ਆ ਦੁਨੀਆ ਦੇ ਵਿੱਚ ਇਹ ਸਤਿਕਾਰ ਦਾ ਅਤੇ ਇਹ ਜਿਹੜਾ ਹੈ ਸਵੱਛਤਾ ਦੇ ਵਿੱਚ ਹਰਿਆਲੀ ਅਤੇ ਸਫਾਈ ਦੇ ਵਿੱਚ ਇਹ ਪਹਿਲੇ ਨੰਬਰ 'ਤੇ ਆਵੇ ਇਹ ਹਰਿਆ ਭਰਿਆ ਵੀ ਹੋਵੇ ਸ਼ਹਿਰ ਦਾ ਅੰਦਰ ਵੀ ਕਿਉਂਕਿ ਬਾਹਰ ਤਾਂ ਹੁਣ ਕਾਫੀ ਹਰਿਆਲੀ ਹੋ ਗਈ ਹੈ ਪਰ ਸ਼ਹਿਰ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਸਾਰਿਆਂ ਨੂੰ ਪ੍ਰੇਰਿਤ ਕਰਕੇ ਜੇ ਦਰਖਤ ਜਿੱਥੇ ਲਾਉਣ ਵਾਲੀ ਉਹ ਦਰਖਤ ਜਿੱਥੇ ਨਹੀਂ ਗਮਲੇ ਰੱਖ ਕੇ ਅਸੀਂ ਇੱਕ ਬਾਜ਼ਾਰ ਨੂੰ ਸੁੰਦਰ ਬਣਾਉਣ ਵਾਲਾ ਜਿਹੜਾ ਹੈ ਉੱਧਰ ਵੱਲ ਨੂੰ ਚੱਲੀਏ ਅਸੀਂ ਪ੍ਰੇਰਨਾ ਦੇਣ ਵਾਸਤੇ ਕਰਨ ਵਾਸਤੇ ਵੀ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਜਾਗ ਪਾਓਗੇ ਤਾਂ ਸੁਲਤਾਨਪੁਰ ਲੋਧੀ ਮਹਾਨਤਾ ਦੇ ਦੀ ਪਹਿਲਾਂ ਹੀ ਹੈ
पर यह सुंदर शहरां दे विच आ जूगा, लोग आण के थोड़े देखने आ कहणगे भी तुसीं सफाई किद्दां रखदे, पर वो थोड़े तो शुरू होनी है, बाहरों आण के कोई सफाई नहीं रख सकदा। पर बाबा जी म्यूनसीपल कौंसल तो कह रहे कि साडे को कर्मचारियों की बहुत घाट है, इस बारे की करना? अभी तो अवेयर हर एक नूं कर रहे हैं भी किसी नूं दो नंबर का कोई ना समझो, साडी वेस्ट असीं खुद संभालीए। दुकान वालों नूं बेनती कर गए भी जिन्हों नहीं लोड़ आपां उत्थे डस्टबिन रख दिंदे आ, वो सारे तैयार आ कहिंदे जी असीं रखांगे। सो असी जिहड़े हमेशा वा कि इस चीज़ नूं सफाई दे उत्ते दो रया नहीं होनियां चाहीदियां। म्यूनसिपल कमेटी अपनी जिम्मेवारी है, उन्होंने को अपने फंड आ, उन्होंने सारा कुछ करना। वो हुण तक जिहड़ी हैगी आ उहदे जवाब दे उही है, क्यों नहीं हुण तक वह भी उहदे पुछणगे भी क्यों नहीं आए, सरकार की दी सी वह भी पुछणगे भी किने करने से उत्ते हजे को कुछ जिहड़ा हैगा उहदे कारण वह दस सकते भी क्यों नहीं आए, हुण किद्दां होणगे। वो असी बेनती करेंगे, एस डी एम साहब नूं बेनती की है भी जिथे साडे कहण दी लोड़ होवे ये शहर के बारे ये वेस्ट के प्रबंध बारे इन्हें दसिया गया है वो वास्ते ही जिते लौड़ है असी इस पवित्र शहर वास्ते हर तरह के बावजूद भी जो लोग पब्लिक प्लेस के उपर अपना गंदगी सुटूंगे तो वो वास्ते की आप कानून बनाया है? कानून नहीं बेनती है, जे ना सिटूगा असी तो तुम दसीए ना असी अपने पिंड च थले करे 90 तो जिहड़ा हैगा 92 च सफाई शुरू की सी, किसी नूं कोई अवेयर नहीं सी उस वेले, टोयलटा भी नहीं सी बनिया, लोग बच्चों लिया के सड़क पर बिठा देंगे। असी बेनती जोड़िया हाथ जोड़े कि जिन्हें बच्चों गुरु नानक के चरणा च अरदासा करके आप लेने जो सड़क पर बह जाते हैं तो गाला कढ़ते इनू भी।